ਫਤਵਾ ਪੰਜਾਬ ਦਾ ਦੇਖ ਰਹੇ ਤੁਸੀਂ ਤੇ ਮੈਂ ਮਲਕੀ ਸਿੰਘ ਲੈ ਕੇ ਹਾਜ਼ਰ ਤੁਹਾਨੂੰ ਬਠਿੰਡੇ ਜ਼ਿਲ੍ਹੇ ਦਾ ਇੱਕ ਹੋਰ ਅਜਿਹਾ ਟੈਲੈਂਟ ਦਿਖਾਉਣ ਪਿੰਡ ਕੋਟਪੱਤਾ ਦੇ ਵਿੱਚ ਜਿੱਥੇ ਇੱਕ ਆਰਟਿਸਟ ਤੁਸੀਂ ਕਹਿ ਸਕਦੇ ਹੋ ਕਾਗਜ਼ਾਂ ਦੇ ਜੋ ਆਪਾਂ ਸਾਨੂੰ ਵੇਸਟ ਲੱਗਦਾ ਸੀ ਰੱਦੀ ਵਾਲੇ ਨੂੰ ਚੁਕਾ ਦਿੰਦੇ ਹਾਂ ਉਸ ਚੀਜ਼ ਕਾਗਜ਼ਾਂ ਨੂੰ ਲੈ ਕੇ ਕੁਛ ਅਜਿਹੀ ਆਪਣੀ ਕਲਾ ਨਾਲ ਉਹਨਾਂ ਦੀ ਅਜਿਹੀ ਮੂਰਤ ਬਣਾਉਂਦਾ ਜਿਹਨੂੰ ਦੇਖਣ ਵਾਲਾ ਦੇਖਦਾ ਹੀ ਰਹਿ ਜਾਂਦਾ। ਬਾਅਦ ਜੀ ਸਕੂਲ ਟਾਈਮ 'ਤੇ ਹੋ ਗਈ ਸੀ ਡਰਾਇੰਗ ਵਗੈਰਾ ਕਰਦਾ ਸੀਗਾ ਮੈਂ ਤਾਂ ਹੌਲੀ ਹੌਲੀ ਜਦੋਂ ਘਰ ਰਹਿੰਦਾ ਸੀ ਤਾਂ ਰੱਦੀ ਵਗੈਰਾ ਦੇ ਦਿੱਤੀ ਅਖਬਾਰ ਗੱਤਾ ਵਗੈਰਾ ਤਾਂ ਮੋਰ ਦਾ ਤੋੜਦਾ ਰਹਿੰਦਾ ਸੀ ਉਹਨਾਂ ਨੂੰ ਚੀਜ਼ਾਂ ਬਣਾਉਂਦਾ ਰਹਿੰਦਾ ਸੀ ਹੌਲੀ ਹੌਲੀ ਇਸ ਤਰ੍ਹਾਂ ਬਣਾਉਂਦਾ ਰਿਹਾ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਸ ਦੇ ਵਿੱਚ ਜਿਵੇਂ ਮਾਡਲ ਬਣਾਏ ਨੇ ਪੁਰਾਣੀ ਬਜ਼ੁਰਗ ਮਾਤਾ ਕੱਪੜੇ ਬੁਣ ਰਹੀ ਹੈ ਸਵੈਟਰ ਬੁਣ ਰਹੀ ਹੈ ਤਾਂ ਇਸ ਦੇ ਵਿੱਚ ਜੋ ਕੱਪੜੇ ਵਰਤੇ ਗਏ ਨੇ ਉਸ ਤੋਂ ਕਿੱਦਾਂ ਪਰਚੇਸ ਕੀਤੇ ਜਾਂ ਤੁਸੀਂ ਖੁਦ ਡਿਜ਼ਾਈਨ ਨਹੀਂ ਜੀ ਮੈਂ ਖੁਦ ਸਿਲੇ ਹੋਇਆ ਜੀ। ਅੱਛਾ ਮਤਲਬ ਤੁਸੀਂ ਕਹਿ ਸਕਦੇ ਤੁਸੀਂ ਮਿੰਨੀ ਦਰਜ਼ੀ ਵੀ ਹੋ ਤੁਸੀਂ ਡਿਜ਼ਾਈਨਰ ਵੀ ਹੋ ਹੈ ਅਤੇ ਇਕੱਲੀ ਇਕੱਲੀ ਚੀਜ਼ਾਂ ਜਿੱਦਾਂ ਕਿ ਗਲ ਦੇ ਵਿੱਚ ਕੈਂਠਾ ਪਾਇਆ ਹੋਇਆ ਡਾਂਗ ਫੜੀ ਹੋਈ ਉਹ ਚੀਜ਼ ਇਹ ਸਾਰੀਆਂ ਚੀਜ਼ਾਂ ਮੈਂ ਖੁਦ ਹੀ ਤਿਆਰ ਕੀਤੀਆਂ ਹੋਈਆਂ ਜੀ ਨਿੱਕੇ ਨਿੱਕੇ ਮੋਤੀ ਚੱਕ ਕੇ ਜਾਂ ਐਮ ਸੀਲ ਵਗੈਰਾ ਤੋਂ ਬਣਾ ਕੇ ਹੋਈਆਂ ਨੇ ਮੈਂ ਕਲਰ ਕਰਕੇ ਉਠਾਈ ਹੋਈ ਬੇਸਿਕ ਢਾਂਚੇ ਦਾ ਕੀ ਹੁੰਦਾ ਸਭ ਤੋਂ ਵਿੱਚ ਕੀ ਵਰਤਦੇ ਉੱਪਰ ਕੀ ਲਗਾਉਂਦੇ ਜੀ ਅਖਬਾਰਾਂ ਨਹੀਂ ਬਣਦਾ ਪੂਰੀ ਬੋਡੀ ਜਿਹੜੀ ਸਟੈਚੂ ਬਣੇ ਹੋਏ ਪੂਰੇ ਅਖਬਾਰਾਂ ਦੀ ਬਣੇ ਹੋਏ ਸਾਰਾ ਠੰਡਾ ਬੁਰਜ ਗੱਤੇ ਦਾ ਬਣਿਆ ਹੋਇਆ ਵਿੱਚ ਜੋ ਸਾਡੇ ਸਾਹਿਬਜ਼ਾਦੇ ਨੇ ਅਤੇ ਮਾਤਾ ਗੁਜਰ ਕੌਰ ਨੇ ਉਹਨੂੰ ਅਖਬਾਰ ਦਾ ਬਣਾ ਕੇ ਉੱਪਰ ਐਮ ਸੀਲ ਲਗਾ ਕੇ ਉਹਨਾਂ ਨੂੰ ਸ਼ੇਪ ਦਿੱਤੀ ਗਈ ਅਤੇ ਉੱਪਰ ਕੱਪੜੇ ਖੁਦ ਬਾਈ ਵੱਲੋਂ ਬਣਾਏ ਗਏ ਨੇ। ਕਿੰਨਾ ਕੁ ਟਾਈਮ ਲੱਗ ਜਾਂਦਾ ਤੁਹਾਨੂੰ ਇੱਕ ਮਾਡਲ ਬਣਾਉਣ ਨੂੰ ਜਿੱਦਾਂ ਕਿ ਟਾਈਮ ਇੱਕ ਤੋਂ ਦੋ ਦਿਨ ਲੱਗ ਜਾਂਦੇ ਅਗਰ ਵੱਡਾ ਮਾਡਲ ਤਾਂ 3 ਦਿਨ ਵੀ ਲੱਗ ਜਾਂਦੇ। ਬਹੁਤ ਸੋਹਣੀ ਲੱਗਦੀ ਜਦੋਂ ਘਰ ਦੀ ਇੱਕ ਕੋਨੇ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੂਗੀ ਮੋਰ ਬਿਲਕੁਲ ਅਸਲੀ ਦਾ ਲੱਗ ਰਿਹਾ ਇੱਦਾਂ ਲੱਗ ਰਿਹਾ ਕਿ ਹਾਂ ਬਿਲਕੁਲ ਸੱਜ ਦਾ ਬੈਠਾ ਹੋਵੇ ਅਤੇ ਆਹ ਲੱਕੜ ਦੇ ਵਿੱਚ ਲੱਕੜ ਦੇ ਉੱਤੇ ਤੋਤੇ ਬਿਠਾ ਕੇ ਰੱਖਣਾ ਉਹ ਵੀ ਬਹੁਤ ਵਧੀਆ ਉਹ ਜਿਹੜੀ ਤੁਸੀਂ ਦੇਖ ਰਹੇ ਹੋ ਉਹ ਵੀ ਫਰੇਮ ਤੁਹਾਡੇ ਕੋਲ ਫਰੇਮ ਵੀ ਮੇਰੇ ਖੁਦ ਹੀ ਕੀਤਾ ਇਹ ਸਾਰੇ ਘਰ ਦੀ ਜੋ ਤੁਸੀਂ ਦੇਖੋਗੇ ਇਹਨਾਂ ਦੇ ਘਰ ਦੀ ਫੋਟੋਆਂ ਦੀ ਫਰੇਮਾਂ ਨੇ ਕੰਧਾਂ ਦੇ ਉੱਤੇ ਲੱਗੀਆਂ ਇਹ ਸਾਰੀਆਂ ਬਾਈ ਵੱਲੋਂ ਹੀ ਖੁਦ ਬਣਾਈਆਂ ਗਈਆਂ। ਇਹ ਵਾਲੇ ਵੀ ਤੁਹਾਡੇ ਵੱਲੋਂ ਬਣਾਏ ਗਏ? ਹਾਂਜੀ ਇਹ ਪਲਾਸਟਿਕ ਦਾ ਜਿਹੜਾ ਜੱਗ ਹੁੰਦਾ ਆਪਣਾ ਪਾਣੀ ਵਾਲਾ ਉਹ ਕੱਟ ਕੇ ਦਿੱਤਾ ਉਸਦਾ ਫੋਟੋ ਮਤਲਬ ਤੁਸੀਂ ਉਹ ਚੀਜ਼ ਕਹਿ ਸਕਦੇ ਹੋ ਜਿਹੜੀ ਚੀਜ਼ ਸਾਡੀ ਅੱਖਾਂ ਵਿੱਚ ਇੱਦਾਂ ਲੱਗਦੀ ਹੈ ਕਿ ਹੁਣ ਵੇਸਟ ਹੋ ਚੁੱਕੀ ਆਪਾਂ ਸਿੱਟਣ ਦੀ ਸੋਚ ਲੈਂਦੇ ਹਾਂ ਬਾਈ ਉਸਨੇ ਇੰਨੀ ਵਧੀਆ ਇੱਕ ਰੂਪ ਦੇ ਦਿੰਦੇ ਨੇ ਕਿ ਦੇਖਣ ਵਾਲਾ ਦੇਖਦਾ ਰਹਿ ਜਾਂਦਾ ਅਤੇ ਉਸਦੀ ਕੀਮਤ ਜੋ ਹੁੰਦੀ ਆ ਉਹ ਅਨਮੋਲ ਹੋ ਜਾਂਦੀ ਹੈ ਕੋਈ ਮੁੱਲ ਨਹੀਂ ਲੱਗਦਾ ਉਸ ਚੀਜ਼ ਦਾ। ਇਹ ਲਾਈਨ ਸੁਣ ਲਈ ਮੈਂ ਹੁਣ ਇਸ ਲਾਈਨ ਨੂੰ ਛੱਡਣਾ ਨਹੀਂ ਹੈਗਾ ਮੈਂ ਮਾਡਲ ਬਣਾਉਂਦਾ ਜਾਵਾਂਗਾ ਚਾਹੁੰਦਾ ਕਿ ਮੇਰਾ ਨਾਮ ਹੋਵੇ ਇਸ ਆਰਟ ਰਿਲੇਟਡ ਮੇਰੇ ਪਿੰਡ ਨੂੰ ਜਾਣਿਆ ਜਾਵੇ ਨਾਲੇ ਮੈਨੂੰ ਰੁਤਬਾ ਪੰਜਾਬ ਦਾ ਦੇਖ ਰਹੇ ਹੋ ਤੁਸੀਂ ਅਤੇ ਮੈਂ ਮਲਕੀਤ ਸਿੰਘ ਲੈ ਕੇ ਹਾਜ਼ਰ ਤੁਹਾਨੂੰ ਬਠਿੰਡੇ ਜ਼ਿਲ੍ਹੇ ਦਾ ਇੱਕ ਹੋਰ ਅਜਿਹਾ ਟੈਲੈਂਟ ਦਿਖਾਉਣ ਪਿੰਡ ਕੋਟਪੱਤਾ ਦੇ ਵਿੱਚ ਜਿੱਥੇ ਇੱਕ ਆਰਟਿਸਟ ਤੁਸੀਂ ਕਹਿ ਸਕਦੇ ਹੋ ਕਾਗਜ਼ਾਂ ਦੇ ਜੋ ਆਪਾਂ ਸਾਨੂੰ ਵੇਸਟ ਲੱਗਦਾ ਸੀ ਰੱਦੀ ਵਾਲੇ ਨੂੰ ਚੁਕਾ ਦਿੰਦੇ ਹਾਂ ਉਸ ਚੀਜ਼ ਕਾਗਜ਼ਾਂ ਨੂੰ ਲੈ ਕੇ ਕੁਛ ਅਜਿਹੀ ਆਪਣੀ ਕਲਾ ਨਾਲ ਉਹਨਾਂ ਦੀ ਅਜਿਹੀ ਮੂਰਤ ਬਣਾਉਂਦਾ ਜਿਹਨੂੰ ਦੇਖਣ ਵਾਲਾ ਦੇਖਦਾ ਹੀ ਰਹਿ ਜਾਂਦਾ। ਸੋ ਸਵਾਗਤ ਕਰਦੇ ਅਸੀਂ ਵੀਰ ਬੱਬੂ ਲਹਿਰ ਜੀ ਦਾ ਸਵਾਗਤ ਹੈ ਤੁਹਾਡਾ ਰੁਤਬਾ ਧੰਨਵਾਦ ਜੀ ਬਹੁਤ ਬਹੁਤ। ਸੋ ਤੁਹਾਡੇ ਮਾਇੰਡ ਦੇ ਵਿੱਚ ਕਿੱਦਾਂ ਹੈ ਕਿ ਕਾਗਜ਼ ਦੇ ਕੋਲੋਂ ਇੱਕ ਇਸ ਤਰ੍ਹਾਂ ਦੀ ਚਿੱਤਰਕਾਰੀ ਕੀਤੀ ਜਾ ਸਕਦੀ ਹੈ? ਇਹ ਦੇਖੋ ਮੇਰੇ ਸ਼ੁਰੂ ਹੀ ਸੀ ਅੰਦਰ ਜੀ ਮੇਰੇ ਕਲਾ ਤਾਂ ਮੈਂ ਹੌਲੀ ਹੌਲੀ ਇਹ ਚੀਜ਼ਾਂ ਬਣਾਉਣ ਲੱਗ ਗਿਆ ਜੀ। ਹਾਂਜੀ ਅਤੇ ਸ਼ੁਰੂਆਤ ਕਿਸ ਤਰ੍ਹਾਂ ਕਿੱਥੋਂ ਹੋਈ ਸੀਗੀ ਤੁਹਾਡੀ ਇਸ ਚੀਜ਼ ਦੀ? ਸ਼ੁਰੂਆਤ ਜੀ ਸਕੂਲ ਟਾਈਮ 'ਤੇ ਹੋ ਗਈ ਸੀ ਡਰਾਇੰਗ ਵਗੈਰਾ ਕਰਦਾ ਸੀਗਾ ਮੈਂ ਤਾਂ ਹੌਲੀ ਹੌਲੀ ਜਦੋਂ ਘਰ ਰਹਿੰਦਾ ਸੀ ਤਾਂ ਰੱਦੀ ਵਗੈਰਾ ਦੇ ਦਿੱਤੀ ਅਖਬਾਰ ਗੱਤਾ ਵਗੈਰਾ ਤਾਂ ਮੋਰ ਦਾ ਤੋੜਦਾ ਰਹਿੰਦਾ ਸੀ ਉਹਨਾਂ ਨੂੰ ਇਹ ਚੀਜ਼ਾਂ ਬਣਾਉਂਦਾ ਰਹਿੰਦਾ ਸੀ ਹੌਲੀ ਹੌਲੀ ਇਸ ਤਰ੍ਹਾਂ ਬਣਾਉਣ ਲੱਗ ਗਿਆ ਜੀ। ਹਾਂ ਮੈਂ ਇੱਕ ਵਾਰ ਦਿਖਾਉਣ ਨੂੰ ਕਹੂੰਗਾ ਜਿਹਦੇ ਵਿੱਚ ਜਿਵੇਂ ਕਿ ਤੁਸੀਂ ਆਪਾਂ ਅਕਸਰ ਸੁਣਨ ਨੂੰ ਮਿਲਦਾ ਕਿ ਕਿਸੇ ਆਰਟਿਸਟ ਦਾ ਕੋਈ ਧਰਮ ਨਹੀਂ ਹੁੰਦਾ ਹੈਗਾ ਉਸੇ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਸਾਹਿਬਜ਼ਾਦੇ ਠੰਡਾ ਬੁਰਜ ਦੇ ਵਿੱਚ ਬੈਠੇ ਹੋਏ ਮਾਤਾ ਗੁਜਰ ਕੌਰ ਜੀ ਨਾਲ ਉਹਨਾਂ ਦੇ ਪੋਤਿਆਂ ਨਾਲ ਬੈਠੀ ਮਾਤਾ ਉਹ ਵੀ ਚੀਜ਼ ਬਣਾਈ ਹੋਈ ਆ ਅਤੇ ਪਿੱਛੇ ਹਿੰਦੂ ਧਰਮ ਦੀ ਵੀ ਮੰਦਿਰਾਂ ਦੀ ਪ੍ਰਤਿਮਾ ਬਣਾਈ ਹੋਈ ਆ ਅਤੇ ਨਾਲ ਹੀ ਕ੍ਰਿਸਚਨਸ ਦੀ ਵੀ ਇੱਕ ਤੁਹਾਨੂੰ ਪਿੱਛੇ ਦੇਖਣ ਨੂੰ ਮਿਲੂਗੀ ਅਤੇ ਉਸੇ ਤਰ੍ਹਾਂ ਧਰਮਾਂ ਦੇ ਨਾਲ ਧਾਰਮਿਕ ਚੀਜ਼ਾਂ ਦੇ ਨਾਲ ਨਾਲ ਤੁਹਾਨੂੰ ਸਭ ਪੰਜਾਬ ਦੇ ਸੱਭਿਆਚਾਰ ਨੂੰ ਵੀ ਰੀਪ੍ਰਜੈਂਟ ਕਰਦੀ ਹੋਈ ਚੀਜ਼ਾਂ ਦੇਖਣ ਨੂੰ ਮਿਲ ਜਾਣਗੀਆਂ ਜਿਸ ਦੇ ਵਿੱਚ ਅਤੇ ਇਸ ਦੇ ਨਾਲ ਨਾਲ ਭਾਰਤ ਦੇ ਕਰੰਟ ਮੁੱਦੇ ਜੋ ਹਾਲਾਤ ਨੇ ਜੋ ਹਾਲਾਤ ਰਹਿ ਚੁੱਕੇ ਨੇ ਉਹ ਉੱਦਾਂ ਦੀ ਵੀ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਜਿੱਦਾਂ ਕਿ ਕਰੋਨਾ ਦਾ ਦੌਰ ਚੱਲ ਰਿਹਾ ਸੀਗਾ ਕਰੋਨਾ ਦੇ ਦੌਰ ਦੇ ਵਿਚਲੀਆਂ ਚੀਜ਼ਾਂ ਵੀ ਇਸ ਦੇ ਵਿੱਚ ਜਿਵੇਂ ਧਰਤੀ ਨੂੰ ਸੇਫ ਰੱਖਣ ਲਈ ਇੱਕ ਬਹੁਤ ਸੋਹਣਾ ਮੈਸੇਜ ਦਿੱਤਾ ਗਿਆ। ਡਰਾਇੰਗ ਤੋਂ ਬਾਅਦ ਕਿਸ ਤਰ੍ਹਾਂ ਦਾ ਤੁਹਾਡੇ ਮਤਲਬ ਈਜ਼ੀ ਸੀਗਾ ਮੁਸ਼ਕਿਲ ਸੀਗਾ ਇਸ ਚੀਜ਼ ਨੂੰ ਕਰਨਾ? ਨਹੀਂ ਮੇਰੇ ਲਈ ਤਾਂ ਕੋਈ ਚੀਜ਼ ਮੁਸ਼ਕਿਲ ਨਹੀਂ ਸੀਗੀ ਜਦੋਂ ਮੇਰੇ ਅੰਦਰ ਹੀ ਸੀ ਤਾਂ ਫਿਰ ਮੈਂ ਤਿਆਰ ਕਰਨ ਲੱਗ ਗਿਆ ਇਹ ਚੀਜ਼ਾਂ ਜੀ। ਹਾਂਜੀ ਅਤੇ ਕਿਸ ਤਰ੍ਹਾਂ ਦਾ ਸਭ ਤੋਂ ਬੇਸਿਕ ਚੀਜ਼ ਕਿੱਦਾਂ ਕੀ ਕਰਨੀ ਪੈਂਦੀ ਹੈ ਤੁਹਾਨੂੰ ਆਈਡੀਆ ਕਿਸ ਤੋਂ ਵੀ ਆਪਾਂ ਪਹਿਲਾਂ ਕਾਗਜ਼ ਨੂੰ ਇਸ ਤਰ੍ਹਾਂ ਕਰ ਸਕਦੇ ਹਾਂ ਕਿੱਦਾਂ ਪਹਿਲਾਂ ਕਿਸੇ ਨੂੰ ਦੇਖਿਆ ਜਾਂ ਕਿਸੇ ਤੋਂ ਇੰਸਪੀਰੇਸ਼ਨ ਲਿੱਤੀ ਤੁਸੀਂ? ਨਹੀਂ ਦੇਖਿਆ ਵੀ ਕਿਸੇ ਤੋਂ ਨਹੀਂ ਸੀ ਸਿੱਖਿਆ ਵੀ ਕਿਸੇ ਤੋਂ ਨਹੀਂ ਆਪਣੇ ਅੰਦਰ ਹੀ ਸੀ ਮੈਂ ਦੇਖਦਾ ਰਹਿੰਦਾ ਸੀਗਾ ਕੋਈ ਚੀਜ਼ਾਂ ਟੀਵੀ 'ਚ ਦੇਖ ਲਿਆ ਅਖਬਾਰਾਂ 'ਚ ਦੇਖ ਲਿਆ ਠੀਕ ਹੈ ਸਟੈਚੂ ਵਗੈਰਾ ਬਣੇ ਤਾਂ ਇਸ ਤਰ੍ਹਾਂ ਮੈਂ ਅਖਬਾਰਾਂ ਤੋਂ ਬਣਾਉਣ ਲੱਗ ਗਿਆ।
ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਸ ਦੇ ਵਿੱਚ ਜਿਵੇਂ ਮਾਡਲ ਬਣਾਏ ਨੇ ਪੁਰਾਣੇ ਬਜ਼ੁਰਗ ਮਾਤਾ ਕੱਪੜੇ ਬੁਣ ਰਹੀ ਆ, ਸਵੈਟਰ ਬੁਣ ਰਹੀ ਆ, ਤਾਂ ਇਸ ਦੇ ਵਿੱਚ ਜੋ ਕੱਪੜੇ ਵਰਤੇ ਗਏ ਨੇ ਉਸ ਨੂੰ ਕਿੱਦਾਂ ਪਰਚੇਸ ਕੀਤੇ ਜਾਂ ਤੁਸੀਂ ਖੁਦ ਡਿਜ਼ਾਈਨ ਨਹੀਂ ਜੀ ਮੈਂ ਖੁਦ ਸਿਲੇ ਹੋਇਆ ਜੀ। ਅੱਛਾ, ਮਤਲਬ ਤੁਸੀਂ ਕਹਿ ਸਕਦੇ ਤੁਸੀਂ ਮਿੰਨੀ ਦਰਜ਼ੀ ਵੀ ਹੋ, ਤੁਸੀਂ ਡਿਜ਼ਾਈਨਰ ਵੀ ਹੋ। ਹੈ ਸਹੀ ਹੈ ਸਹੀ ਹੈ। ਅਤੇ ਇਕੱਲੀ ਇਕੱਲੀ ਚੀਜ਼ਾਂ ਜਿੱਦਾਂ ਕਿ ਗਲ ਦੇ ਵਿੱਚ ਕੈਂਠਾ ਪਾਇਆ ਹੋਇਆ, ਡਾਂਗ ਫੜੀ ਹੋਈ, ਉਹ ਚੀਜ਼ ਇਹ ਸਾਰੀਆਂ ਚੀਜ਼ਾਂ ਵੀ ਮੈਂ ਖੁਦ ਹੀ ਤਿਆਰ ਕੀਤੀਆਂ ਹੋਈਆਂ ਜੀ। ਨਿੱਕੇ ਨਿੱਕੇ ਮੋਤੀ ਚੱਕ ਕੇ ਜਾਂ ਐਮਸੀਲ ਵਗੈਰਾ ਤੋਂ ਬਣਾ ਕੇ ਗਹਿਣੇ ਬਣਾਏ ਹੋਏ ਕਲਰ ਕਰਕੇ ਉਸ ਚੀਜ਼ ਨੂੰ। ਤੇ ਬੇਸਿਕ ਢਾਂਚੇ ਦਾ ਕੀ ਹੁੰਦਾ, ਸਭ ਤੋਂ ਵਿੱਚ ਕੀ ਵਰਤਦੇ, ਉੱਪਰ ਕੀ ਲਗਾਉਂਦੇ? ਢਾਂਚਾ ਜੀ ਅਖਬਾਰਾਂ ਦੀ ਬਣਦਾ, ਪੂਰੀ ਬਾਡੀ ਜਿਹੜੀ ਸਟੈਚੂ ਬਣੇ ਹੋਏ ਪੂਰੇ ਅਖਬਾਰਾਂ ਦੀ ਬਣੇ ਹੋਏ ਜੀ। ਜਿਹੜੇ ਆਹ ਮਾਡਲ ਵਗੈਰਾ ਜਿਵੇਂ ਆਹ ਗੱਤੇ ਦਾ ਬਣਿਆ ਹੋਇਆ, ਜੋ ਠੰਡਾ ਬੁਰਜ ਤੁਸੀਂ ਕਹਿ ਸਕਦੇ, ਇਹ ਸਾਰਾ ਠੰਡਾ ਬੁਰਜ ਗੱਤੇ ਦਾ ਬਣਿਆ ਹੋਇਆ। ਵਿੱਚ ਜੋ ਸਾਡੇ ਸਾਹਿਬਜ਼ਾਦੇ ਨੇ ਅਤੇ ਮਾਤਾ ਗੁਜਰ ਕੌਰ ਨੇ ਉਹਨੂੰ ਅਖਬਾਰ ਦਾ ਬਣਾ ਕੇ ਉੱਪਰ ਐਮਸੀਲ ਲਗਾ ਕੇ ਉਹਨਾਂ ਨੂੰ ਸ਼ੇਪ ਦਿੱਤੀ ਗਈ, ਅਤੇ ਉੱਪਰ ਕੱਪੜੇ ਖੁਦ ਬਾਈ ਵੱਲੋਂ ਬਣਾਏ ਗਏ ਨੇ। ਅਤੇ ਤੁਸੀਂ, ਮੈਂ ਤੁਹਾਨੂੰ ਇੱਕ ਚੀਜ਼ ਹੋਰ ਦਿਖਾ ਦੇਣਾ ਚਾਹੁੰਦਾ, ਬਾਈ ਦੇ ਘਰ ਦੇ ਵਿੱਚ ਅਗਰ ਤੁਸੀਂ ਦੇਖੋ ਆਹ ਚੀਜ਼, ਜਿਹੜੇ ਤੋਤੇ ਬੈਠੇ ਨੇ ਟਾਹਣੀਆਂ ਦੇ ਉੱਤੇ, ਇੱਕ ਇੱਧਰ ਮੋਰ ਦੇਖ ਸਕਦੇ ਹੋ ਤੁਸੀਂ, ਅਤੇ ਮੋਰ ਦੇ ਨਾਲ ਨਾਲ ਇਹ ਸਾਰੀਆਂ ਚੀਜ਼ਾਂ, ਪੰਖ, ਇਹ ਪੰਖ ਕਿੱਥੋਂ ਮਿਲੇ ਤੁਹਾਨੂੰ ਮੋਰ ਦੇ? ਇਹ ਪੰਖ ਤਾਂ ਅਸਲੀ ਹੈਗੇ ਜੀ, ਪੰਖ ਅਸਲੀ ਜੀ, ਠੀਕ ਹੈ, ਇਹ ਮੁੱਲ ਖਰੀਦੇ ਸੀਗੇ ਤੁਸੀਂ? ਹਾਂਜੀ ਹਾਂਜੀ, ਠੀਕ ਹੈ। ਮੋਰ ਦੇ ਪੰਖ ਅਸਲੀ ਨੇ, ਅਤੇ ਜੋ ਚੀਜ਼ ਡਿਜ਼ਾਈਨ ਕੀਤੀ ਗਈ ਹੈ ਉਹ ਸਾਰੀ ਬਾਈ ਵੱਲੋਂ ਕੀਤੀ ਗਈ ਹੈ। ਅਤੇ ਇੱਕ ਚੀਜ਼ ਬਹੁਤ ਸੋਹਣੀ ਲੱਗਦੀ ਹੈ ਜਦੋਂ ਘਰ ਦੇ ਇੱਕ ਕੋਨੇ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੂਗੀ, ਮੋਰ ਬਿਲਕੁਲ ਅਸਲੀ ਦਾ ਲੱਗ ਰਿਹਾ, ਇੱਦਾਂ ਲੱਗ ਰਿਹਾ ਕਿ ਹਾਂ ਬਿਲਕੁਲ ਸੱਚ ਦਾ ਬੈਠਾ ਹੋਵੇ। ਅਤੇ ਆਹ ਲੱਕੜ ਦੇ ਵਿੱਚ, ਲੱਕੜ ਦੇ ਉੱਤੇ ਤੋਤੇ ਬਿਠਾ ਕੇ ਰੱਖਣਾ, ਉਹ ਵੀ ਬਹੁਤ ਵਧੀਆ। ਉਹ ਜਿਹੜੀ ਤੁਸੀਂ ਦੇਖ ਰਹੇ ਹੋ ਉਹ ਵੀ ਫਰੇਮ ਵੀ ਤੁਹਾਡੇ ਹਾਂਜੀ, ਉਹ ਫਰੇਮ ਵੀ ਮੇਰੇ ਖੁਦ ਹੀ ਕੀਤੇ ਹੋਏ। ਇਹ ਸਾਡੇ ਘਰ ਦੀ ਜੋ ਤੁਸੀਂ ਦੇਖੋਗੇ ਇਹਨਾਂ ਦੇ ਘਰ ਦੀ ਫੋਟੋਆਂ ਦੀ ਫਰੇਮਾਂ ਨੇ, ਕੰਧਾਂ ਦੇ ਉੱਤੇ ਲੱਗੀਆਂ ਹੋਈਆਂ। ਇੱਧਰ ਵੀ ਮੈਂ ਚਾਹੂੰਗਾ ਦਿਖਾਉਣ, ਮੇਰੇ ਸਹੀ ਹੋਗੀ, ਇੱਧਰਲੀਆਂ ਸਾਰੀਆਂ ਜੋ ਵੀ ਫੋਟੋਆਂ ਫਰੇਮਾਂ ਨੇ ਇਹ ਸਾਰੀਆਂ ਬਾਈ ਵੱਲੋਂ ਹੀ ਖੁਦ ਬਣਾਈਆਂ ਗਈਆਂ ਨੇ। ਤੁਹਾਡੇ ਰਿਸ਼ਤੇਦਾਰਾਂ ਦੀ ਕਦੇ ਡਿਮਾਂਡ ਆਉਂਦੀ ਹੈ ਵੀ ਸਾਨੂੰ ਵੀ ਬਣਾ ਕੇ ਦਿਓ? ਹਾਂਜੀ, ਡਿਮਾਂਡ ਆਉਂਦੀ ਹੈ, ਯਾਰਾਂ ਦੋਸਤ ਮਿੱਤਰਾਂ ਦੀ ਆਉਂਦੀ ਹੈ ਡਿਮਾਂਡ ਕਿ ਬਣਾ ਕੇ ਦਿਓ ਸਾਨੂੰ। ਅਤੇ ਕਿੰਨਾ ਕੁ ਟਾਈਮ ਲੱਗ ਜਾਂਦਾ ਤੁਹਾਨੂੰ ਇੱਕ ਮਾਡਲ ਬਣਾਉਣ ਨੂੰ? ਜਿੱਦਾਂ ਕਿ ਟਾਈਮ 1 ਤੋਂ 2 ਦਿਨ ਲੱਗ ਜਾਂਦੇ ਜੀ, 1 ਤੋਂ 2 ਦਿਨ ਅਗਰ ਵੱਡਾ ਮਾਡਲ ਤਾਂ 3 ਦਿਨ ਵੀ ਲੱਗ ਜਾਂਦੇ। ਇਹ ਮਾਤਾ ਗੁਜਰ ਕੌਰ ਜੀ ਦੇ ਸਾਹਿਬਜ਼ਾਦਿਆਂ ਦੇ ਮਾਡਲ ਨੂੰ ਕਿੰਨਾ ਟਾਈਮ ਲੱਗਦਾ? ਇਹ 2 ਦਿਨਾਂ ਵਿੱਚ ਵੀ, 2 ਦਿਨਾਂ ਦੇ ਵਿੱਚ ਵੀ? ਹਾਂਜੀ, ਠੀਕ। ਅਤੇ ਕਿੰਨੀ ਕੋਸਟ ਆਈ ਤੁਹਾਨੂੰ ਇੱਕ ਐਵਰੇਜ ਮਾਡਲ ਬਣਾਉਣ ਨੂੰ? ਮਤਲਬ ਕਿ 1000 ਰੁਪਇਆ ਆ ਜਾਂਦੀ ਜੀ, 1000 ਰੁਪਏ ਦੇ ਵਿੱਚ ਆ ਜਾਂਦੀ। ਹਾਂਜੀ, ਠੀਕ ਹੈ। ਤੇ ਇਹ ਵਾਲੇ ਵੀ ਤੁਹਾਡੇ ਵੱਲੋਂ ਬਣਾਏ ਗਏ ਨੇ? ਹਾਂਜੀ, ਇਹ ਪਲਾਸਟਿਕ ਦਾ ਜਿਹੜਾ ਜੱਗ ਹੁੰਦਾ ਆਪਣਾ ਪਾਣੀ ਵਾਲਾ, ਉਹ ਕੱਟ ਕੇ ਅੱਧਾ, ਉਸ ਦਾ ਪੋਟ ਬਣਾ। ਮਤਲਬ ਤੁਸੀਂ ਉਹ ਚੀਜ਼ ਕਹਿ ਸਕਦੇ ਹੋ ਜਿਹੜੀ ਚੀਜ਼ ਸਾਡੀ ਅੱਖਾਂ ਵਿੱਚ ਇਦਾਂ ਲੱਗਦੀ ਹੈ ਕਿ ਹੁਣ ਵੇਸਟ ਹੋ ਚੁੱਕੀ, ਆਪਾਂ ਸਿੱਟਣ ਦੀ ਸੋਚ ਲੈਂਦੇ ਹਾਂ, ਬਾਈ ਉਸ ਨੂੰ ਇੰਨੀ ਵਧੀਆ ਇੱਕ ਰੂਪ ਦੇ ਦਿੰਦੇ ਨੇ ਕਿ ਦੇਖਣ ਵਾਲਾ ਦੇਖਦਾ ਰਹਿ ਜਾਂਦਾ, ਤੇ ਉਸ ਦੀ ਕੀਮਤ ਜੋ ਹੁੰਦੀ ਆ ਉਹ ਅਨਮੋਲ ਹੋ ਜਾਂਦੀ ਆ, ਕੋਈ ਮੁੱਲ ਨਹੀਂ ਲੱਗਦਾ ਉਸ ਚੀਜ਼ ਦਾ ਫਿਰ। ਤੇ ਬਾਈ ਹੋਰ ਅੱਗੇ ਕੀ ਕੀ ਕਰਨ ਦੀ ਤੁਸੀਂ ਸੋਚਿਆ, ਕਿ ਕਿਸ ਤਰ੍ਹਾਂ ਦੇ ਮਾਡਲ ਫਿਊਚਰ ਵਿੱਚ ਕਰ ਰਹੇ ਹੋ? ਬਸ ਜੀ, ਇਹ ਲਾਈਨ ਚੁਣ ਲਈ ਹੈ ਮੈਂ, ਹੁਣ ਇਸ ਲਾਈਨ ਨੂੰ ਛੱਡਣਾ ਨਹੀਂ ਹੈਗਾ, ਮਾਡਲ ਬਣਾਉਂਦਾ ਜਾਵਾਂਗਾ। ਚਾਹੁੰਦਾ ਕਿ ਮੇਰਾ ਨਾਮ ਹੋਵੇ ਇਸ ਆਰਟ ਰਿਲੇਟਡ, ਮੇਰੇ ਪਿੰਡ ਨੂੰ ਜਾਣਿਆ ਜਾਵੇ, ਨਾਲੇ ਮੈਨੂੰ ਪਹਿਚਾਣ ਮਿਲੇ। ਹੁਣ ਜਿੱਦਾਂ ਕਿ ਬਾਈ ਅਸੀਂ ਮਾਡਲ ਨੂੰ ਦੇਖਦੇ ਹਾਂ, ਕੋਈ ਵੀ ਮੈਂ ਕਹੂੰ ਇੱਕ ਵਾਰ ਦਿਖਾਇਓ ਇੱਧਰ ਨੂੰ, ਕਿਸੇ ਵੀ ਮਾਡਲ ਜਿਵੇਂ ਕਿ ਊਂਠ ਲਾ ਲਓ, ਬਲਦ ਦੇ ਲਗਾ ਲਓ, ਉੱਧਰ ਪਿੱਛੇ ਮੱਝ ਦੀ ਧਾਰਾਂ ਕੱਢਦੇ ਹੋਏ ਮਾਤਾ ਲਾ ਲਓ, ਮੱਝ ਪੱਠੇ ਖਾਂਦੇ ਲਾ ਲਓ, ਇਹਨਾਂ ਵਿੱਚੋਂ ਹੁਣ ਅਸੀਂ ਆਮ ਬੰਦੇ ਬਾਹਰੋਂ ਆ ਕੇ ਦੇਖਦੇ ਹਾਂ, ਸਾਨੂੰ ਤਾਂ ਚਲੋ ਲੱਗਦਾ ਵੀ ਬਹੁਤ ਬਾ ਕਮਾਲ ਚੀਜ਼ ਆ, ਤੁਹਾਡੀ ਖੁਦ ਦੀ ਇੱਕ ਅੱਖ ਨੂੰ ਕੀ ਇਹਨਾਂ ਵਿੱਚ ਕੋਈ ਕਮੀ ਲੱਗਦੀ ਹੈ ਵੀ ਇਹਦੇ ਵਿੱਚ ਆਹ ਕਮੀ ਰਹਿ ਗਈ, ਮੈਂ ਇੱਕ ਸਹੀ ਹੋਰ ਕਰ ਸਕਦਾ? ਨਹੀਂ ਜੀ, ਮੈਨੂੰ ਤਾਂ ਕੋਈ ਕਮੀ ਨਹੀਂ ਲੱਗਦੀ। ਅੱਛਾ, ਨਹੀਂ ਅੱਜ ਤੱਕ ਕਿਸੇ ਨੇ ਕਮੀ ਕੱਢੀ ਹੈ ਜੀ, ਇਸ ਤਰ੍ਹਾਂ ਹੋਣਾ ਚਾਹੀਦਾ ਇਸ ਤਰ੍ਹਾਂ? ਬਿਲਕੁਲ, ਕਿਉਂਕਿ ਸਾਨੂੰ ਵੀ ਦੇਖਣ ਲੱਗਦੀ ਕਈ ਵਾਰ ਆਰਟਿਸਟ ਦੀ ਨਿਗਾਹ ਵਿੱਚ ਪਤਾ ਲੱਗ ਜਾਂਦਾ ਕਿ ਹਾਂ ਇੱਦਾਂ ਦਾ ਚਲੋ ਕੁਛ ਰਹਿ ਗਿਆ, ਪਰ ਸਹੀ ਗੱਲ ਹੈ ਬਾਈ ਨੂੰ ਵੀ ਨਹੀਂ ਲੱਗ ਰਿਹਾ ਤਾਂ ਬਿਲਕੁਲ ਇਸ ਦੇ ਵਿੱਚ ਕੁਛ ਹੋ ਹੀ ਨਹੀਂ ਸਕਦਾ। ਤੁਸੀਂ ਵੀ ਕੋਈ ਆਰਡਰ ਦੇ ਕੇ ਬਾਈ ਨੂੰ ਬਣਵਾਉਣਾ ਚਾਹੁੰਦੇ ਹੋ ਤਾਂ ਬਾਈ ਆਰਡਰ ਤੇ ਬਣਾ ਵੀ ਦਿੰਦੇ ਨੇ, ਬਣਾ ਦੋਗੇ ਬਾਈ ਜੀ ਅਗਰ? ਹਾਂਜੀ, ਠੀਕ ਹੈ। ਤੇ ਬਾਈ ਆਪਣਾ ਇੱਕ ਵਾਰ ਅਗਰ ਕੋਈ ਕੰਟੈਕਟ ਤੁਹਾਨੂੰ ਕਰਨਾ ਚਾਹੁੰਦਾ ਹੋਵੇ ਤਾਂ ਇੱਕ ਵਾਰ? ਮੇਰਾ ਪੇਜ ਬਣਿਆ ਹੋਇਆ ਫੇਸਬੁੱਕ ਤੇ ਲਹਿਰ ਆਰਟ ਦੇ ਨਾਮ ਤੇ, ਯੂਟਿਊਬ ਤੇ ਲਹਿਰ ਆਰਟ ਦੇ ਨਾਮ ਤੇ। ਅਗਰ ਕੋਈ ਕਿਸੇ ਨੇ ਵੀ ਇਸ ਤਰ੍ਹਾਂ ਦੇ ਮਾਡਲ ਬਣਵਾਉਣੇ ਆ ਜਾਂ ਕੁਝ ਇਸ ਬਾਰੇ ਇਨਕੁਆਇਰੀ ਕਰਨੀ ਆ ਤਾਂ ਮੈਨੂੰ ਕੰਟੈਕਟ ਕਰ ਸਕਦਾ, ਉਸ ਤੇ ਮੇਰੇ ਨੰਬਰ ਵਗੈਰਾ ਸਾਰਾ ਕੁਝ ਹੈਗਾ ਪੇਜ ਤੇ। ਓਕੇ, ਸੋ ਜਿੱਦਾਂ ਕਿ ਬਾਈ ਨੇ ਦੱਸਿਆ ਕਿ ਅਗਰ ਤੁਸੀਂ ਕੋਈ ਵੀ ਇਹਨਾਂ ਵਿੱਚੋਂ ਇਦਾਂ ਦਾ ਡਿਜ਼ਾਈਨ ਜਾਂ ਕੁਝ ਆਪਣੀ ਡਿਮਾਂਡ ਦਾ ਅਲੱਗ ਤਰ੍ਹਾਂ ਦਾ ਕੋਈ ਆਪਣੇ ਜਾਂ ਤੁਸੀਂ ਸਪੈਸ਼ਲ ਕਿਸੇ ਨੂੰ ਗਿਫਟ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਬਣਵਾ ਸਕਦੇ ਹੋ, ਤਾਂ ਬਾਈ ਨੇ ਆਪਣਾ ਕੰਟੈਕਟ ਨੰਬਰ ਦੱਸਤਾ। ਹੁਣ ਮੈਨੂੰ ਯਾਨੀ ਮਲਕੀਤ ਸਿੰਘ ਨੂੰ ਦਿਓ ਇਜਾਜ਼ਤ, ਤੁਸੀਂ ਜੁੜੇ ਰਹੋ ਰੁਤਬਾ ਪੰਜਾਬ ਦੇ ਨਾਲ।